ਦੋਸਤੋ ਰਾਤੀ ਬਹੁਤ ਖੂਬਸੂਰਤ ਖਬਰ ਮਿਲੀ ਹੈ ਪਾਕਿਸਤਾਨ ਤੋਂ ਪਿਆਰੇ ਵੀਰ ਲੇਖਕ ਦੋਸਤ ਇਲਿਆਸ ਕੋਮਨਹੋਰਾ ਦੇ ਲਿਖੀ ਹੋਈ ਕਿ 24 ਜੁਲਾਈ ਨੂੰ ਪੰਜਾਬੀ ਜ਼ਬਾਨ ਦੇ ਮਹਤਵਪੂਰਨ ਸ਼ਾਇਰ ਬਹੁਤ ਕੱਦਾਵਰ ਇਨਸਾਨ ਡਾਕਟਰ surjit patar ਹੋਰਾਂ ਨੂੰ ਬਾਬੇ ਵਾਰਿਸ ਸ਼ਾਹ ਦੀ 300ਵੀਂ ਜਨਮ ਵਰੇਗੰਢ ਤੇ ਬਾਬਾ ਬਾਰਿਸ ਸ਼ਾਹ ਯਾਦਗਾਰੀ ਪੁਰਸਕਾਰ ਦਿੱਤਾ ਜਾ ਰਿਹਾ ਹੈ ਉਹਨਾਂ ਦੀ ਸਮੁੱਚੀ ਰਚਨਾ ਵਾਸਤੇ ਸਤ ਜਾਨਿਓ ਇਹ ਮੁਹੱਬਤ ਨਾਮਾ ਜਦੋਂ ਰਾਤ ਪੜਿਆ ਤਾਂ ਬਹੁਤ ਆਨੰਦਿਤ ਹੋਇਆ ਮੈਂ ਜਿੱਥੇ surjit patar ji ਨੂੰ ਇਸ ਗੱਲ ਦੀ ਮੁਬਾਰਕ ਦਿਨਾ ਪੰਜਾਬ ਸਮੁੱਚੇ ਪੰਜਾਬੀ ਅਦਬ ਨੂੰ ਵੀ ਇਸ ਦਿਨ ਨੂੰ ਸੈਲੀਬ੍ਰੇਟ ਕਰਨ ਦੇ ਗੁਜ਼ਾਰਿਸ਼ ਕਰਦਾ ਕਿਉਂਕਿ ਇਹ ਹਿੰਦ-ਪਾਕ ਪੋਸਤੀ ਦਾ ਇੱਕ ਉਹ ਬੰਧਨ ਉਹ ਵਜਿਆ ਇਸ ਗੱਲ ਦੇ ਨਾਲ ਕਿ ਅਸੀਂ ਇੱਕ ਦੂਸਰੇ ਦੀ ਮੁਹੱਬਤ ਨੂੰ ਰਿਸਪੌਂਡ ਕਰੀਏ ਹੰਗਾਰਾ ਭਰੀਏ ਔਰ ਇੱਕ ਦੂਸਰੇ ਚਾਹਾਂ ਨੂੰ ਕਿਉਂਕਿ ਵਾਰਿਸ ਬਾਬਾ ਸਤ ਜਾਣਿਓ ਪਾਰਟੀਸ਼ਨ ਤੋਂ ਕਿੰਨੇ ਸਾਲ ਪਹਿਲਾਂ ਲਗਭਗ ਸਵਾ 200 ਸਾਲ ਪਹਿਲਾਂ ਸਾਨੂੰ ਜੋ ਕੁਝ ਦੇ ਗਿਆ ਉਹ ਬਹੁਤ ਮਹਲਵਾਨ ਹੈ ਉਸ ਵਕਤ ਦਾ ਸਪੈਸੀਮਨ ਹੈ ਵਕਤ ਦਾ ਉਸ ਬਾਬੇ ਵਾਰਿਸ ਦੀ ਜਨਮ ਭੂਮੀ ਜੰਡਾਲਾ ਸ਼ੇਰਖਾਂ ਵਿੱਚ ਹੋ ਰਏ ਇਸ ਮਾਗਮ ਦੇ ਵਿੱਚ ਸੁਜੀਤ ਪਾਤਰ ਜੀ ਦੀ ਇੱਜ਼ਤ ਅਫਜ਼ਾਈ ਹੋਵੇਗੀ ਸੋ ਮੈਂ ਬਹੁਤ ਮੁਹਾਰਕ ਦਿਨਾ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰਾਨਾ ਧੰਨਵਾਦ